ਪਹਿਲੀ ਗੱਲ ਕਰੀਏ ਕਿ ਰਲ ਮਿਲ ਕੇ ਪਹਿਲਾਂ ਇਹਨੂੰ ਇਹਨੂੰ ਦੇਖੋ ਕੁਦਰਤ ਨੇ ਬਣਾਏ ਹੋਏ ਦਰਿਆ ਨੇ ਇਹਨੂੰ ਲਾਂਘਾ ਦੇਈਏ ਪਹਿਲਾਂ ਵੀ ਲੰਘ ਜਾ ਭਾਈ ਹੈ ਨਾ ਅਸੀਂ ਤੈਨੂੰ ਇਹਦੇ ਬਿਨਾਂ ਇਹਦੇ ਬਿਨਾਂ ਆਪਾਂ ਬਚ ਵੀ ਨਹੀਂ ਸਕਦੇ ਪਾਣੀ ਬਿਨਾਂ ਕਿਵੇਂ ਬਚ ਸਕਦੇ ਹਾਂ ਪਰ ਜਦੋਂ ਇਹ ਸਰਕਾਰਾਂ ਜਿਹੜੀਆਂ ਨੇ ਸਫਾਈ ਨਹੀਂ ਕਰਦੀਆਂ ਇਹਦੇ ਬਾਰੇ ਵੀ ਮੈਂ ਹੁਣ ਇਹਦੇ ਬਾਰੇ ਵੀ ਮੈਂ ਪੁੱਛਣਾ ਪੰਜਾਬ ਸਰਕਾਰ ਨੂੰ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਵੀ ਆਉਣਾ ਹੀ ਆਉਣਾ ਇਹਨੇ ਤੁਸੀਂ ਸਫਾਈ ਕਿਉਂ ਨਹੀਂ ਕਰਦੇ ਪਹਿਲਾਂ ਇਹਦੀ ਬਾਅਦ ਚੱਕ ਕੇ ਤੁਸੀਂ ਜੇਸੀਬੀਆਂ ਲਿਆਉਂਦੇ ਮੌਕੇ 'ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਹੋ ਫਿਰ ਕਹਿੰਦੇ ਉਹ ਫਲਾਨੇ ਜਿਹੜਾ ਬੰਨ ਹੈ ਜੀ ਉਹਦੇ ਲੋਕ ਬੈਠੇ ਨੇ ਉਹ ਸਾਨੂੰ ਫੱਟਾ ਨਹੀਂ ਬੰਦ ਨਹੀਂ ਕਰਨ ਦਿੰਦੇ ਤੁਸੀਂ ਇੱਦਾਂ ਦੇ ਹਾਲਾਤ ਪੈਦਾ ਕਿਉਂ ਹੋਣ ਦਿੰਦੇ ਹੋ ਸੋ ਅੱਗੇ ਤੋਂ ਵਧੀਆ ਪ੍ਰਬੰਧ ਹੋਵੇ ਅਤੇ ਮੈਂ ਤਾਂ ਇਹਨਾਂ ਨੂੰ ਸਿੰਚਾਈ ਵਿਭਾਗ ਵਾਲਿਆਂ ਨੂੰ ਫੋਨ ਕੀਤਾ ਸੀਗਾ ਚੰਡੀਗੜ੍ਹ ਪਰਸੋਂ ਮੈਂ ਕਿਹਾ ਯਾਰ ਬਾਕੀ ਨਾਲੇ ਸਾਡੇ ਪਿੰਡ ਵੀ ਸਰਹੰਦ ਚੋਆ ਲੰਘਦਾ ਜੀ ਹਾਂਜੀ ਉਦੋਂ ਗਾਹਾਂ ਨਹਿਰ ਹੈਗੀ ਹਰੀਗੜ੍ਹ ਵਾਲੀ ਉਹ ਦੋ ਖਾਲੀ ਪਈਆਂ ਨੇ ਮੈਂ ਕਿਹਾ ਜੀ ਹਰਿਆਣੇ ਨਾਲ ਗੱਲ ਕਰਕੇ ਇੱਧਰ ਉੱਧਰ ਡਾਈਵਰਟ ਕਰਾ ਲਓ ਇਕੱਲੇ ਇਹਦੇ 'ਤੇ ਭਾਰ ਕਿਉਂ ਪਾਇਆ ਹੋਇਆ ਠੀਕ ਹੈ ਨਾ ਸੋ ਸ਼ਾਇਦ ਉਸ ਗੱਲ ਦਾ ਅਸਰ ਵੀ ਹੋਇਆ ਕਿ ਉਹਨਾਂ ਨੇ ਹੁਣ ਪਿੱਛੋਂ ਸਪਲਾਈ ਜਿਹੜੀ ਹੈ ਉਹ ਕੱਟ ਕਰਤੀ ਅਤੇ ਹੁਣ ਥੱਲੇ ਆ ਗਿਆ ਪਾਣੀ ਹੁਣ ਮੇਰੇ ਖਿਆਲ 'ਚ ਹੁਣ ਤਾਂ ਕੰਟਰੋਲ 'ਚ ਹੈ ਨਾ ਹੁਣ ਕੰਟਰੋਲ 'ਚ ਸੋ ਕੋਈ ਗੱਲ ਨਹੀਂ ਹੈ ਮੇਰੇ ਕੋਲ ਕਾਗਜ਼ ਆ ਗਏ ਇਹ ਤਾਂ ਨੰਬਰ ਹੈਗਾ ਚਲੋ ਤੁਸੀਂ ਅਤੇ ਮਾਨ ਸਾਹਿਬ ਇਹ ਸੁਣੋ ਫਰਿਆਦ ਨਾ ਸਾਡਾ ਪਾਣੀ ਆ ਗਿਆ ਪਿੱਛੋਂ ਚੰਦੂ ਵਾਲੀ ਥੋੜੀ ਦਾ ਪਿੱਛੋਂ ਆ ਰਿਹਾ ਪਾਣੀ ਪੂਰੇ ਡੀ ਸੀ ਨੂੰ ਕਹਿ ਕੇ ਜੇ ਉਹਨੂੰ ਕਹਿ ਕੇ ਸਟਾਰਮ ਫਾਰਮ ਚਾਹੀਦਾ ਸਾਨੂੰ 100 ਦਾ ਮੋਟਰਾਂ ਮੈਂ ਆਪੇ ਲਾ ਲੈਣਾ ਆਪੇ ਲਾ ਲੈਣਾ ਇੱਥੇ ਮੋਟਰਾਂ ਆਪੇ ਲਾ ਲੈਣਗੇ ਪਰਚਾ ਕਰਾਉਣਾ ਆਇਆ ਜੀ ਕਰ ਲਾ ਪਹਿਲਾਂ ਤਹਿਸੀਲਦਾਰ ਨੇ ਫੋਨ ਕੀਤਾ ਉਹਨੂੰ ਪਰਸੋਂ ਜੀ ਉਹਨੂੰ ਤਹਿਸੀਲਦਾਰ ਨੂੰ ਕਹਿ ਦੀਏ ਤੂੰ ਕਹਿ ਮੈਨੂੰ ਛੇੜਦਾ ਤਹਿਸੀਲਦਾਰ ਨੇ ਫੋਨ ਹੀ ਕੱਟਤਾ ਵਿਚਾਰੇ ਨੇ ਕੱਟਿਆਂ ਵਾਸਤੇ ਗੱਲ ਕਰੀ ਤਹਿਸੀਲਦਾਰ ਨੇ ਉਹ ਵੀਡੀਓ ਕਹਿੰਦੀ ਤੂੰ ਮੈਨੂੰ ਛੇੜਦਾ ਨਹੀਂ ਦੇਖੋ ਮੈਂ ਹੁਣ ਤੁਹਾਡੇ ਕੋਲ ਪਰਚਾ ਕਰਦਾ ਮੈਂ ਤੁਸੀਂ ਮੈਨੂੰ ਚੁਣਿਆ ਮੈਂ ਤੁਹਾਡੇ ਕੋਲ ਆਇਆ ਜੇ ਮੈਂ ਤੁਹਾਨੂੰ ਕਹਾਂ ਪਰੇ ਹੋ ਜਾਓ ਮੈਂ ਤੁਹਾਨੂੰ ਪਰਚਾ ਕਰਾਂ ਇਹ ਗੱਲ ਕੀ ਹੈ ਵੀ ਪਰਚਾ ਕਹਿੰਦੇ ਅਫਸਰ ਬੈਠਾ ਉਹਦੀ ਡਿਊਟੀ ਲੱਗੀ ਇੱਥੇ ਤੁਸੀਂ ਉਹਨੂੰ ਦੱਸਣਾ ਵੀ ਉਹ ਨੱਕੇ ਤੇ ਆਏ ਆ ਉਹ ਕਹਿੰਦੀ ਪਰਚਾ ਕਰਾ ਦੂੰ ਇਹ ਗੱਲ ਕਹੀ ਉਹਨੇ ਡਿਊਟੀ ਤਾਂ ਕਰ ਨੀ ਰਹੇ ਵਿਘਨ ਕਾਹ ਚ ਪਾਤਾ ਸੀ ਮੂਰਖ ਨੇ ਜੀ ਡਿਊਟੀ ਚ ਵਿਘਨ ਪਾਤਾ ਕੋਈ ਐਸੀ ਗੱਲ ਨੀ ਕੋਈ ਪਰਚੇ ਪੁਰਚੇ ਤੋਂ ਡਰਨਾ ਜੇ ਕੋਈ ਅਫਸਰ ਕਹਿੰਦਾ ਵੀ ਪਰਚਾ ਕਰਾਂਗੇ ਸਾਨੂੰ ਟ੍ਰਾਂਸਫਾਰਮਰ ਮਿਲ ਜਾਂਦਾ ਇੱਕ ਮਤਲਬ ਵਾਲੇ ਮੋਟਰ ਲਾ ਲੈਂਦੇ ਚਾਰ ਜੀ ਪਾਣੀ ਕੱਢਣ ਵਾਸਤੇ ਪਾਣੀ ਖੜਾ ਮੈਂ ਅਸੀਂ ਨਾਲ ਗੱਲ ਕਰਦਾ ਕਰ ਦੇਵਾਂ ਗੱਡੀ ਮੈਂ ਅਸੀਂ ਨਾਲ ਗੱਲ ਕਰਦਾ ਜੀ ਜੀ ਜੇ ਆਰ ਜੀ ਟ੍ਰਾਂਸਫਾਰਮਰ ਨਾਲ ਤੁਹਾਡਾ ਕੰਮ ਹੁੰਦਾ ਜੀ ਆਪਾਂ ਉਹ ਵੀ ਕਰਾਂਗੇ ਹੁੰਦਾ ਜੀ ਬਸ ਫਿਰ ਮੈਂ ਅੱਜ ਹੀ ਐਸੀ ਨਾਲ ਗੱਲ ਕਰਦਾ ਵੀ ਆਰ ਜੀ ਟ੍ਰਾਂਸਫਾਰਮਰ ਤਾਂ ਅੱਛਾ ਉਦੋਂ ਪਹਿਲਾਂ ਹੈ ਕਨੈਕਸ਼ਨ ਤਾਂ ਹੈਗਾ ਨਾ ਟਰੈਕਟਰ ਨਾਲ ਲਾ ਕੇ ਤੁਸੀਂ ਪਾਣੀ ਕੱਢ ਲੋ ਜਿੰਨਾ ਤੇਲ ਦਾ ਖਰਚਾ ਹੈ ਠੀਕ ਹੈ ਨਾ ਤੁਸੀਂ ਸਾਨੂੰ ਦੱਸੋ ਮੈਂ ਐਮਪੀ ਵਾਲੇ ਖਾਤੇ ਚ ਉਹ ਤਾਂ ਜਦੋਂ ਬਰਸਾਤ ਪੈਂਦੀ ਹੈ ਉਦੋਂ ਹੀ ਲੋੜ ਹੈ ਪਾਣੀ ਜਿਵੇਂ ਆ ਓਵਰਫਲੋ ਹੋ ਗਿਆ ਅੱਗੋਂ ਨੱਕਾ ਬੰਦ ਹੋ ਗਿਆ ਇਹ ਜਿਹੜਾ ਪਾਣੀ ਪਿੱਛੇ ਰੁਕ ਗਿਆ ਤੇਲ ਵੱਧ ਘੱਟ ਹੋਊਗਾ ਪਾ ਲਿਓ ਚੱਲਦਾ ਟ੍ਰਾਂਸਫਾਰਮ ਹੈ ਹੁਣੇ ਚੱਕ ਲਿਓ ਜਿੱਦ ਕਰਨ ਲੱਗ ਜਾਓ ਜਦੋਂ ਮੈਂ ਵਿੱਚ ਆ ਗਿਆ ਹੁਣ ਜੇ ਤੁਹਾਨੂੰ ਆਪਣੇ ਕੋਲ ਟ੍ਰਾਂਸਫਾਰਮਰ ਹੈਗਾ ਚੱਲਣ ਕਿਉਂ ਨਹੀਂ ਦਿੰਦੇ ਮੈਂ ਆਪੇ ਕਰੂੰਗਾ ਕੰਮੇ ਪ੍ਰਾਈਵੇਟ ਕੰਮ ਹੋ ਗਿਆ ਵੀ ਮੇਰੇ ਤੇ ਛੱਡ ਦੋ ਜੀ ਮੇਰੇ ਤੇ ਕਿਉਂ ਨਹੀਂ ਯਕੀਨ ਕਰਦੇ ਰੇਟ ਦਾ ਟ੍ਰਾਂਸਫਾਰਮਰ ਦੀ ਫੈਕਟਰੀ ਚ ਪਿਆ ਇੱਕ ਮਿੰਟ ਗੱਲ ਤਾਂ ਸੁਣ ਲਓ ਜੀ ਤਰੇੜ ਦਾ ਟ੍ਰਾਂਸਫਾਰਮਰ ਇਹਨਾਂ ਦੀ ਫੈਕਟਰੀ ਚ ਪਿਆ ਇਹ ਕਹਿੰਦੇ ਵੀ ਮੇਰਾ ਟ੍ਰਾਂਸਫਾਰਮਰ ਚੱਕ ਲਿਆਓ ਠੀਕ ਹੈ ਜੀ
ਤੇ ਉਹਦਾ ਉਹਨੂੰ ਚਲਵਾਉਣ ਦੀ ਇਜਾਜ਼ਤ ਲੈ ਕੇ ਦੇਣੀ ਮੇਰਾ ਕੰਮ ਹੈ। ਠੀਕ ਹੈ ਜੀ, ਠੀਕ ਹੈ ਨਾ, ਤੁਸੀਂ ਚਲਾ ਕੇ ਉਹਦਾ ਕੰਮ ਕਰੋ, ਉਹਨੇ ਚੱਕ ਲਿਆ, ਜਦੋਂ ਕੰਮ ਹੋ ਗਿਆ ਉਹ ਟਰਾਂਸਫਰ ਮੈਂ ਵਾਪਸ ਤਰੇ। ਠੀਕ ਹੈ ਨਾ, ਠੀਕ ਹੈ, ਅਗਲੀ ਵਾਰ ਫਿਰ ਦੇਖਾਂਗੇ ਉਹਦਾ ਹੱਲ ਕੀ ਹੁੰਦਾ। ਠੀਕ ਹੈ, ਠੀਕ ਹੈ, ਠੀਕ ਹੈ, ਮੈਂ ਪਾਸਾ ਜੇ ਇਨ ਕੇਸ ਚਲੋ ਐ ਕਰਦੇ ਆ, ਮਾੜੇ ਤੋਂ ਮਾੜਾ ਸੋਚ ਲੈਂਦੇ ਆ ਵੀ ਚਲੋ ਉਹ ਟਰਾਂਸਫਾਰਮਰ ਨਹੀਂ ਚੱਲਦਾ, ਠੀਕ ਹੈ ਨਾ, ਤਾਂ ਤੁਸੀਂ ਟਰੈਕਟਰ ਲਾ ਕੇ ਅਗਰ ਪਾਣੀ ਕੱਢ ਲਓ, ਜਿੰਨਾ ਤੇਲ ਹੋਊਗਾ ਖਰਚਾ ਐਮਪੀ ਕੋਟ ਚ ਲਾਏ। ਹੈਲੋ ਐਕਸਚੇਂਜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹੈਲੋ, ਮੈਂ ਭਗਵੰਤ ਮਾਨ ਬੋਲ ਰਿਹਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਐਕਸਚੇਂਜ ਸਾਹਿਬ, ਇੱਥੇ ਨਾ ਜਿਹੜਾ ਮਕੋੜ ਸਾਹਿਬ ਦੇ ਵਿੱਚ ਨਾ ਜਿਹੜਾ, ਹੈਲੋ, ਇੱਥੇ ਖੋਲੀ ਹੈ ਇੱਕ, ਇੱਥੇ ਇਹ ਜਿਹੜਾ ਪਾਣੀ ਜਿਹੜਾ ਇੱਧਰ ਆਉਂਦਾ ਨਾ ਚਾਂਦੂ ਵਾਲੇ ਪਾਸਿਓਂ, ਜਿਹੜਾ ਘੱਗਰ ਤੋਂ ਬਾਹਰ, ਉਹ ਕਹਿੰਦੇ ਵੀ ਜੇ ਸਾਨੂੰ ਆਰਜ਼ੀ ਤੌਰ 'ਤੇ 100 ਦਾ ਕੋਈ ਇੱਕ ਟਰਾਂਸਫਾਰਮਰ 5-7 ਦਿਨਾਂ ਲਈ ਦੇ ਦਿਓ, ਤਾਂ ਅਸੀਂ ਪਾਣੀ ਕੱਢ ਕੇ ਵਾਪਸ ਲੈ ਜਾਓਗੇ, ਫਸਲਾਂ ਬਚਾ ਲਾਂਗੇ ਜੀ ਵਧੀਆ। ਨਹੀਂ, ਇੱਕ ਸਾਡੇ ਦੋਸਤ ਨੇ, ਉਹਨਾਂ ਦੀ ਫੈਕਟਰੀ ਦੇ ਵਿੱਚ 63 ਦਾ ਟਰਾਂਸਫਾਰਮਰ ਪਿਆ, ਉਹ ਇਹਨਾਂ ਨੂੰ ਟਰਾਂਸਫਾਰਮਰ 4-5 ਦਿਨ ਲਈ ਆਰਜ਼ੀ ਤੌਰ 'ਤੇ ਆਪਣੀਆਂ ਫਸਲਾਂ 'ਚੋਂ ਪਾਣੀ ਕੱਢਣ ਲਈ ਦੇਣ ਨੂੰ ਤਿਆਰ ਨੇ, ਪਰ ਅੱਗੇ ਫਿਰ ਉਹਦਾ ਜਿਹੜਾ ਕਾਗਜ਼ੀ ਪੱਤਰੀ 4-5 ਦਿਨ ਦਾ, ਉਹ ਉਹਦੇ ਵਾਸਤੇ। ਅੱਛਾ, ਨਹੀਂ ਨਹੀਂ, ਮੈਂ ਚੇਅਰਮੈਨ ਸਾਹਿਬ ਨਾਲ ਗੱਲ ਕਰ ਲੈਣਾ। ਨਹੀਂ, ਜੇ ਮੈਂ ਚੇਅਰਮੈਨ ਸਾਹਿਬ ਨੂੰ ਕਹਾਂ ਕਿ ਆਹ ਕਰ ਦਿਓ ਜੀ 5 ਦਿਨ ਲਈ, ਉਹ ਤੁਹਾਨੂੰ ਕਹਿ ਦੇਣ ਹਾਂਜੀ 5 ਦਿਨ ਲਈ ਕਰ ਦਿਓ, ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਮੈਂ ਗੱਲ ਕਰਦਾ ਇਸ ਹਿਸਾਬ ਨਾਲ ਤੁਹਾਨੂੰ ਫਿਰ ਉਸ ਹਿਸਾਬ ਨਾਲ ਆਰਡਰ ਆ ਜਾਣਗੇ ਤੁਹਾਨੂੰ। ਓਕੇ ਜੀ। ਉਹ ਕਹਿੰਦੇ ਜੀ ਸਾਨੂੰ ਐਸ ਸੀ ਸਾਹਿਬ ਤੋਂ ਕਹਾ ਦਿਓ, ਜੇ ਤੁਹਾਡੇ ਕੋਲ ਟਰਾਂਸਫਰ ਮਾਪਦਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ, ਅਤੇ ਮੈਂ ਐਸ ਸੀ ਨਾਲ ਗੱਲ ਕਰਕੇ ਇਹਨਾਂ ਨੂੰ ਮੈਂ ਕਹਾ ਦਿੰਦਾ, ਠੀਕ ਹੈ। ਹਾਂ, ਚਲਾ ਲਿਓ ਅਤੇ 5-7 ਦਿਨਾਂ ਦੇ ਵਿੱਚ ਤੁਸੀਂ ਜਦੋਂ ਹੋ ਗਿਆ ਤੁਸੀਂ ਦੱਸ ਦਿਓ, ਬਸ ਫਿਰ ਠੀਕ ਹੈ, ਹੈ ਨਾ, ਅਤੇ ਫਿਰ ਤੁਸੀਂ ਇਹਨਾਂ ਨਾਲ ਚੱਕ ਕੇ ਕੰਮ ਕਰਕੇ ਆਪਦਾ ਅਤੇ ਵਾਪਸ ਕਰ ਦਾਂਗੇ, ਉਹਦੀ ਜਿਹੜੀ ਇਜਾਜ਼ਤ ਹੈ ਉਹ ਆਪੀ ਐਕਸਚੇਂਜ ਤੁਹਾਨੂੰ ਆ ਕੇ ਦੇਊਗਾ ਵੀ ਹਾਂ ਰੱਖ, ਠੀਕ ਹੈ ਨਾ। Good morning. ये चैनल आपको ऐसे ही एहसास देता रहेगा। अगर आपने सब्सक्राइब नहीं किया चैनल तो जल्दी से कर लो और नोटिफिकेशन के बेल आइकन पे क्लिक कर लो।
दोस्तों अगर आपको हमारी यह वीडियो अच्छी लगी हो तो इस वीडियो को लाइक करें और ज्यादा से ज्यादा इस वीडियो को शेयर करें। और अगर आपने अभी तक हमारे चैनल को सब्सक्राइब नहीं किया है तो जल्द से जल्द हमारे चैनल को सब्सक्राइब करें। मिलते हैं एक नए वीडियो और एक अच्छे विषय के साथ, तब तक के लिए नमस्कार।